ਉਹ ਪੇਸ਼ੈਂਟ ਦਾ ਨਾਂ ਜੀ ਲਖਵੀਰ ਸਿੰਘ ਆ, ਸਾਡੇ ਕੋਲ ਉਹ 6:15 ਵਜੇ ਲਾਗੇ ਆਏ ਸੀਗੇ ਅਤੇ ਉਹਨਾਂ ਦੇ ਦੱਸਣ ਮੁਤਾਬਕ ਉਹ ਮੋਟਰਸਾਈਕਲ 'ਤੇ ਜਾ ਰਹੇ ਸੀ ਅਤੇ ਇੱਕ ਚਾਈਨਾ ਡੋਰ ਜੋ ਉਹਨਾਂ ਦੇ ਮੂੰਹ ਦੇ ਵਿੱਚ ਫਸ ਗਈ, ਜਿਹਦੇ ਨਾਲ ਉਹਦੇ ਇਹਨਾਂ ਦੇ ਹੇਠਲੇ ਬੁੱਲ 'ਤੇ ਕੱਟ ਲੱਗ ਗਿਆ, ਉੱਥੇ 3 ਟਾਂਕੇ ਲੱਗੇ ਨੇ ਅਤੇ ਜੀਭ ਦੇ ਅਗਲੇ ਹਿੱਸੇ 'ਤੇ ਇੱਕ ਕੱਟ ਲੱਗਿਆ ਹੋਇਆ। ਪਰ ਸ਼ੁਕਰ ਕਰੋ ਤੁਸੀਂ ਵੀ ਜੇ ਡੋਰ ਗਲੇ ਵਗੈਰਾ 'ਚ ਫਸਦੀ ਜਾਂ ਤਾਂ ਕੋਈ ਜਾਨੀ ਨੁਕਸਾਨ ਹੋ ਸਕਦਾ ਸੀ ਜੀ। ਬਲੀਡਿੰਗ ਵੀ ਸਰ ਕਾਫੀ ਜ਼ਿਆਦਾ ਹੋ ਰਹੀ ਹੈ, ਉਹਨੂੰ ਰੋਕਣ ਦੇ ਲਈ ਕੀ ਕੀਤਾ ਗਿਆ? ਜਿਹੜੇ ਬੁੱਲ 'ਤੇ ਸੀ ਉੱਥੇ ਤਾਂ ਟਾਂਕੇ ਲੱਗ ਗਏ ਜੀ, ਪਰ ਜਿਹੜੀ ਜੀਭ ਵਾਲੀ ਉਹ ਸੁਪਰਫੇਸ਼ੀਅਲ ਲੱਗ ਰਹੀ ਆ, ਉਹਦੇ ਲਈ ਇੱਕ ਟੀਕਾ ਲਗਾ ਕੇ ਹਟਿਆ ਸੀ ਹੁਣੇ। ਪਹਿਲਾਂ ਰੁਕ ਗਈ ਸੀ ਬਲੀਡਿੰਗ ਐਕਚੁਅਲੀ ਉਹਨਾਂ ਦੀ ਅਸਲ 'ਚ, ਉਹਨਾਂ ਬਾਅਦ ਉਹਨਾਂ ਨੂੰ ਥੋੜ੍ਹਾ ਕਿਹਾ ਸੀ ਵੀ ਬੋਲਣ ਕਰਨ ਦਾ ਪਰਹੇਜ਼ ਕਰਨਾ, ਸ਼ਾਇਦ ਉਹਨਾਂ ਨੇ ਥੋੜ੍ਹਾ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬਲੀਡਿੰਗ ਦੁਬਾਰਾ ਸ਼ੁਰੂ ਹੋ ਗਈ ਅਤੇ ਦੁਬਾਰਾ ਹੁਣ ਇੱਕ ਇੰਜੈਕਸ਼ਨ ਲਗਾ ਤਾ ਅਤੇ ਹੁਣ ਥੋੜ੍ਹਾ ਟਾਈਮ ਵੇਟ ਕਰਕੇ ਦੇਖਦੇ ਹਾਂ। ਚਾਈਨਾ ਡੋਰ ਸਰ ਕਿੰਨੀ ਕੁ ਘਾਤਕ ਹੈ ਜੀ ਜਿਹੜੀ? ਅਤੇ ਦੇਖੋ ਜੀ, ਇਹਦੇ ਬਾਰੇ ਤਾਂ ਆਪਾਂ ਹੁਣ ਲੰਬੇ ਟਾਈਮ ਤੋਂ ਸੁਣਦੇ ਆ ਰਹੇ, ਅਖਬਾਰਾਂ 'ਚ ਖਬਰਾਂ ਵੀ ਪੜ੍ਹਦੇ ਹਾਂ, ਟੀ ਵੀ 'ਤੇ ਵੀ ਦੇਖਦੇ ਹਾਂ ਕਿ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਵੀ ਗਈਆਂ, ਗਰਦਨ ਤੱਕ ਕੱਟੀ ਗਈ ਆ, ਜਾਨ ਚਲੀ ਜਾਂਦੀ ਆ, ਅਤੇ ਇਹ ਬਹੁਤ ਖਤਰਨਾਕ ਵਰਤਾਰਾ ਹੈ ਅਤੇ ਪੂਰੀ ਤਰ੍ਹਾਂ ਰੋਕ ਲੱਗਣੀ ਚਾਹੀਦੀ ਹੈ। ਹੁਣ ਮਰੀਜ਼ ਦੀ ਹਾਲਤ ਕਿਸ ਤਰ੍ਹਾਂ ਹੈ? ਮਰੀਜ਼ ਸਟੇਬਲ ਆ ਜੀ, ਠੀਕ ਠਾਕ ਆ, ਕੋਈ ਵੱਡੀ ਖਤਰੇ ਵਾਲੀ ਗੱਲ ਕੋਈ ਨਹੀਂ ਹੈਗੀ, ਕਿਉਂਕਿ ਜੇ ਗਰਦਨ 'ਤੇ ਲੱਗਦੀ ਜਾਂ ਕੋਈ ਇਹੋ ਜਿਹੀ ਜਗ੍ਹਾ ਲੱਗਦੀ ਫਿਰ ਲਾਜ਼ਮੀ ਆਪਾਂ ਨੂੰ ਕੋਈ ਤਾਂ ਕੋਈ ਰਿਸਕ ਹੋ ਸਕਦਾ ਸੀ, ਪਰ ਜਿਹੜੇ ਇਹ ਚੰਗੀ ਗੱਲ ਹੈ ਵੀ ਚਲੋ ਬੁੱਲ 'ਤੇ ਛੋਟਾ ਕੱਟ ਲੱਗਿਆ ਅਤੇ ਜੀਭ 'ਤੇ ਲੱਗੀ ਆ, ਬਾਕੀ ਬਚਾ ਰਹਿ ਗਿਆ। ਸਰ ਆਪਣਾ ਨਾਮ ਕੀ ਹੈ ਅਤੇ ਅੱਜ ਕੁਰਾਲੀ ਹਸਪਤਾਲ 'ਚ ਪਹੁੰਚੇ ਹੋ, ਕੀ ਮਾਮਲਾ ਜੀ? ਹਾਂਜੀ, ਮੈਂ ਕੁਲਦੀਪ ਸਿੰਘ, ਬਲਾਕ ਸੰਮਤੀ ਮੈਂਬਰ, ਅਤੇ ਮੇਰੀ ਮਿਸਿਸ ਸਰਪੰਚ ਆ, ਪਪਰਾਲੀ ਪਿੰਡ ਆ ਸਾਡਾ, ਅਤੇ ਅਸੀਂ ਹੋਸਪਿਟਲ ਆਏ ਮੇਰੇ ਭਰਾ ਲਖਵੀਰ ਸਿੰਘ, ਜਿਹੜਾ ਕਿ LIC ਵਿੱਚ ਕੰਮ ਕਰਦੇ ਹਾਂ। ਕੋਈ 6:15 ਦਾ ਟਾਈਮ ਸੀ, ਜਿਹੜਾ ਆਪਣਾ ਬ੍ਰਿਜ ਬਣਿਆ ਕੁਰਾਲੀ 'ਚ ਰੇਲਵੇ ਵਾਲਾ, ਉੱਥੇ ਇਹ ਚਾਈਨਾ ਡੋਰ ਦੀ ਲਪੇਟ 'ਚ ਆ ਗਏ। ਉਹ ਲਪੇਟ 'ਚ ਆਉਣ ਦੇ ਕਾਰਨ ਇਹਨਾਂ ਦੇ ਬੁੱਲ 'ਤੇ ਵੀ ਟਾਂਕੇ ਲੱਗੇ ਔਰ ਜੀਭ ਕੱਟ ਗਈ। ਜੀਭ ਕੱਟਣ ਨਾਲ ਬਲੀਡਿੰਗ ਬਹੁਤ ਹੋਈ ਹੈ ਅਤੇ ਸਾਨੂੰ ਪਤਾ ਲੱਗਿਆ, ਅਸੀਂ ਉਸੇ ਟਾਈਮ ਇੱਥੇ ਪਹੁੰਚੇ ਹੈ ਅਤੇ ਫਿਰ ਚਾਈਨਾ ਡੋਰ ਦੀ ਲਪੇਟ 'ਚ ਆਉਣ ਕਾਰਨ ਡਿੱਗ ਪਏ ਥੱਲੇ। ਉਹ ਤਾਂ ਸ਼ੁਕਰ ਹੈ ਕੋਈ ਪਿੱਛੋਂ ਤੇਜ਼ ਰਫ਼ਤਾਰ ਗੱਡੀ ਨਹੀਂ ਆਈ, ਕੋਈ ਬੜੀ ਗੱਡੀ ਨਹੀਂ ਆਈ, ਨਹੀਂ ਕੋਈ ਵੀ ਨੁਕਸਾਨ ਹੋ ਸਕਦਾ ਸੀ। ਅਤੇ ਅਜੇ ਵੀ ਬਲੀਡਿੰਗ ਹੋ ਰਹੀ ਹੈ ਕਾਫੀ, ਡਾਕਟਰ ਸਾਹਿਬ ਨੇ ਇਹੀ ਕਿਹਾ ਵੀ ਅਸੀਂ ਅਜੇ ਰੱਖਦੇ, ਅਗਰ ਬਲੀਡਿੰਗ ਨਾ ਰੁਕੀ ਤਾਂ ਸਾਨੂੰ ਰੈਫਰ ਕਰਨਾ ਪਏਗਾ। ਚਲੋ ਅਜੇ ਮਤਲਬ ਠੀਕ ਹੈ, ਖਤਰੇ ਤੋਂ ਬਾਹਰ ਹੈ। ਕੀ ਮੰਗ ਕੀ ਕਰਦੇ ਹੋ ਸਰ ਚਾਈਨਾ ਡੋਰ? ਦੇਖੋ, ਮੰਗ ਤਾਂ ਸਾਡੀ ਇਹ ਹੈ ਵੀ ਇਹ ਤਾਂ ਜ਼ਿੰਦਗੀ ਨਾਲ ਖਿਲਵਾੜ ਹੈ। ਪਹਿਲਾਂ ਵੀ ਕਾਫੀ ਸਮੇਂ ਤੋਂ ਆ ਰਿਹਾ, ਪਿਛਲੇ ਹਫ਼ਤੇ ਮੈਂ ਪੇਪਰ 'ਚ ਦੇਖਿਆ ਸੀ, ਪ੍ਰਸ਼ਾਸਨ ਨੇ, ਪੁਲਿਸ ਨੇ ਸ਼ਹਿਰ ਵਿੱਚ ਚੈਕਿੰਗ ਵੀ ਕਰੀ ਹੈ ਦੁਕਾਨਾਂ ਤੋਂ, ਪਰ ਗਲਤ ਇਹ ਹੈ ਵੀ ਚੈਕਿੰਗ ਕਰਨ ਦੇ ਬਾਵਜੂਦ ਡੋਰ ਕਿਉਂ ਵਿਕਦੀ ਹੈ? ਸਾਫ਼ ਗੱਲ ਹੈ, ਜਾਂ ਤਾਂ ਮਿਲੀ ਭੁਗਤ ਹੈ, ਕੋਈ ਤਾਂ ਕਾਰਨ ਹੈ। ਅਗਰ ਪ੍ਰਸ਼ਾਸਨ ਸਖਤਾਈ ਕਰੇ ਤਾਂ ਮੈਂ ਕਹਿੰਦਾ ਇੱਕ ਦਿਨ ਵੀ ਡੋਰ ਨਹੀਂ ਵਿਕ ਸਕਦੀ। ਪਹਿਲਾਂ ਪੰਛੀ ਦੇਖੋ ਕਿੰਨੇ ਮਰਦੇ ਇਹਦੇ ਨਾਲ, ਉਹ ਅਸੀਂ ਗੱਲ ਬਹੁਤੀ ਗੋਲੀ ਨਹੀਂ ਹੈਗੀ। ਪਿਛਲੇ ਹਫ਼ਤੇ ਦੀ ਗੱਲ ਹੈ ਵੀ ਸਾਡੇ ਆਪਣੇ ਘਰ 'ਚੋਂ ਮੇਰੇ ਭਰਾ ਦਾ ਪੋਤਾ, ਉਹ ਵੀ ਇੱਥੇ ਪੁਲ ਦੇ ਚੈਨਲ ਦੀ ਡੋਰ ਦੀ ਲਪੇਟ 'ਚ ਆ ਗਿਆ ਸੀ, ਉਹਦੀ ਜਾਕਟ ਕੱਟੀ ਗਈ ਬਿਲਕੁਲ, ਉਹਦਾ ਬਾਲ ਬਾਲ ਬਚ ਗਿਆ, ਉਹ ਮੁੰਡਾ ਸਾਰੇ 17-18 ਸਾਲ ਦੀ ਉਮਰ ਆ ਉਹਦੀ। ਤਾਂ ਇਹ ਦੂਜਾ ਹਾਦਸਾ ਇੱਕ ਹਫ਼ਤੇ 'ਚ ਸਾਡੇ ਘਰ 'ਚ ਹੋਇਆ, ਇਹ ਤਾਂ ਹੁਣ ਤੁਸੀਂ ਆਪਣੀ ਅੱਖਾਂ ਨਾਲ ਵੀ ਦੇਖ ਸਕਦੇ ਹੋ ਵੀ ਬਹੁਤ ਮਤਲਬ ਜਿਵੇਂ ਆਪਾਂ ਕਹਿੰਦੇ ਵੀ ਬਚਾਅ ਹੋ ਗਿਆ। ਅਗਰ ਗਲੇ 'ਚ ਪੈ ਜਾਂਦੀ, ਕਿਤੇ ਨੱਕ 'ਤੇ ਪੈ ਜਾਂਦੀ, ਮੂੰਹ 'ਤੇ ਪੈ ਜਾਂਦੀ ਤਾਂ ਕੁਛ ਵੀ ਹੋ ਸਕਦਾ ਸੀ। ਤਾਂ ਮੇਰੀ ਤਾਂ ਬੇਨਤੀ ਪ੍ਰਸ਼ਾਸਨ ਨੂੰ ਇਹੀ ਹੈ ਵੀ ਤੁਸੀਂ ਬਹੁਤ ਹੀ ਸਖਤਾਈ ਦੇ ਨਾਲ, ਇਹ ਸਮਝ ਲਓ ਵੀ ਇਹ ਜ਼ਿੰਦਗੀ ਨਾਲ ਬਹੁਤ ਬੜਾ ਖਿਲਵਾੜ ਹੈ, ਕੁਛ ਵੀ ਹੋ ਸਕਦਾ, ਇਹਨੂੰ ਬਹੁਤ ਸਖਤਾਈ ਦੇ ਨਾਲ ਰੋਕੋ। ਇਮੀਡੀਏਟ ਜਿਹੜਾ ਵੀ ਬੰਦਾ ਕੋਈ ਪਕੜਿਆ ਜਾਂਦਾ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇ। ਰਿੰਕੂ ਜੀ, ਤੁਸੀਂ ਕੁਰਾਲੀ ਸ਼ਹਿਰ 'ਚ ਰਹਿੰਦੇ ਹੋ, ਕਿੰਨੀ ਕੁ ਚਾਈਨਾ ਡੋਰ ਦੇ ਨਾਲ ਦਿਖਦੇ ਆ ਅੱਜ ਕੱਲ੍ਹ, ਕਿਉਂਕਿ ਤੁਹਾਡੀ ਸੜਕ 'ਤੇ ਦੁਕਾਨ ਹੈ ਜੀ? ਜ਼ਿਆਦਾ ਹੈ ਜੀ, ਬਹੁਤ ਜ਼ਿਆਦਾ।